ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਇਹ ਵਿਸ਼ੇਸ਼ ਪ੍ਰੋਗਰਾਮ ਕਲਗੀਧਰ ਪਾਤਸ਼ਾਹ ਦੇ ਸਿਕਰਲੇ ਬਵੰਜਾ ਬਚਨਾਂ ਬਾਰੇ ਆਪਾਂ ਲੜੀਵਾਰ ਇੱਕ ਇੱਕ ਬਚਨ ਦੀ ਹਰ ਰੋਜ਼ ਵਿਚਾਰ ਕਰ ਰਹੇ ਹਾਂ ਤੇ ਲੜੀਵਾਰ ਵਿਚਾਰ ਕਰਦੇ ਕਰਦੇ ਆਪਾਂ ਅੱਜ 40ਵੇਂ ਬਚਨ ਤੇ ਪਹੁੰਚੇ ਆਂ ਸਿਕਰਲੇ 52 ਬਚਨਾ ਵਿੱਚੋਂ 40ਵਾਂ ਬਚਨ ਹੈ ਕਲਗੀਧਰ ਪਾਸ਼ਾ ਦਾ ਕਿ ਸਿੱਖ ਨੇ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਇਸ ਗੱਲ ਨੂੰ ਜਰਾ ਹੁਣ ਸਿਧਾਂਤ ਨਾਲ ਜੋੜ ਕੇ ਦੇਖੀਏ ਇਹ ਸਤਿਗੁਰੂ ਨੂੰ ਇਹ ਬਚਨ ਕਰਨ ਦੀ ਲੋੜ ਕਿਉਂ ਪੈ ਗਈ ਹਾਲਾਂਕਿ ਜੇ ਆਪਾਂ ਧਿਆਨ ਦੇ ਨਾਲ ਇਹ ਬਚਨ ਸੁਣੇ ਨੇ ਆਪਾਂ ਸੁਣਦੇ ਆ ਰਹੇ ਆ ਜਾਂ ਪੜ੍ਹੇ ਨੇ ਕਦੀ ਤਾਂ ਜਿਹੜੇ ਗੁਰਸਿੱਖ ਜਾਣਦੇ ਨੇ ਜਿਨ੍ਹਾਂ ਨੇ ਸੁਣਿਆ ਮੁੱਢ ਤੋਂ ਲੈ ਕੇ ਜਾਣਦੇ ਨੇ ਕਿ ਜਦੋਂ 21ਵਾਂ ਬਚਨ ਆਇਆ ਸੀ 52 ਬਚਨਾਂ ਦੇ ਵਿੱਚੋਂ ਉਦੋਂ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਕਿ ਕਿਸੇ ਦੀ ਨਿੰਦਾ ਚੁਗਲੀ ਤੇ ਈਰਖਾ ਨਹੀਂ ਕਰਨੀ ਸਿੱਖ ਨੇ ਕਿਸ ਦੀ ਨਿੰਦਾ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਈਰਖਾ ਨਹੀਂ ਕਰਨੀ ਹੁਣ ਉਸ ਹਿਸਾਬ ਨਾਲ ਜੇ ਦੇਖਿਆ ਜਾਵੇ ਉਹਦੀ ਜੂ ਕਹਤਾ ਸੀ ਨਿੰਦਾ ਚੁਗਲੀ ਤੇ ਈਰਖਾ ਨਹੀਂ ਕਰਨੀ ਆਪਦਾ ਵਿਸਥਾਰ ਵੀ ਕੀਤਾ ਸੀ ਬਚਨ ਦਾ ਪਰ ਹੁਣ ਜਾ ਕੇ 21 ਵਜਤ ਜੇਗਾ ਲਖੀ ਸੀ 40ਵੇਂ ਬਚਨ ਜਾ ਕੇ ਚੁਗਲੀ ਬਾਰੇ ਦੁਹਰਾ ਕੇ ਕਹਤਾ ਇਥੇ ਨਿੰਦਾ ਤੇ ਈਰਖਾ ਦੀ ਗੱਲ ਪਹਿਲਾਂ ਚੁਗਲੀ ਦੀ ਗੱਲ ਉਦੋਂ ਵੀ ਨਾਲ ਹੋ ਗਈ ਸੀ ਪਰ ਅਸੀਂ ਚੁਗਲੀ ਦੇ ਬਾਰੇ ਗੱਲ ਚਿਹ ਚ ਲਲ ਗਈ ਹੈ ਹੁਣ ਵਿਸ਼ੇਸ਼ ਤੌਰ ਤੇ ਚੁਗਲੀ ਬਾਰੇ ਗੱਲ ਕਹੀ ਹੈ ਤੇ ਨਾਲੇ ਗੱਲ ਜੋੜਤੀ ਚੁਗਲੀ ਨਹੀਂ ਕਰਨੀ ਉਸ ਕਹੇ ਸੀ ਇੱਥੇ ਗਾਹ ਕਾ ਤੱਕ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਇਸ ਗੱਲ ਨੂੰ ਸਮਝੋ ਕਿ ਸਤਿਗੁਰੂ ਜੀ ਚੁਗਲੀ ਨੂੰ ਕਿੰਨਾ ਮਾੜਾ ਸਮਝਦੇ ਆ ਆਮ ਤੌਰ ਤੇ ਮਨੁੱਖ ਇਹ ਕਹਿੰਦਾ ਵੀ ਚਲੋ ਚੁਗਲੀ ਨਹੀਂ ਕਰਨੀ ਨਹੀਂ ਕਰਦੇ ਪਰ ਕਈ ਜਿਹੜੀ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੁੰਦੀ ਹੈ ਕਹਿੰਦਾ ਤੁਹਾਡੀ ਕਿਸੇ ਨਾਲ ਤੁਹਾਡੀ ਲਾਗੜਾਟ ਹੁੰਦੀ ਆ ਤੇ ਉਹਦੇ ਬੰਦੇ ਕੰਮ ਤਾਂ ਵਿਗਾੜਨੇ ਤੁਹਾਡਾ ਫਰਜ ਬੰਦਾ ਨਾ ਆਮ ਮਨੁੱਖ ਇਹਦਾ ਸੋਚਦਾ ਸਤਿਗੁਰ ਕਹਿੰਦਾ ਨਹੀਂ 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 ਲਾਗੜਾਟ ਤੁਹਾਡੀ ਹੈ ਬਸ ਤਾਂ ਸਿੱਖਣੇ ਕਿਸੇ ਨਾਲ ਲਾਗੜਾਟ ਰੱਖਣੀ ਨਹੀਂ ਪਰ ਜੇ ਕਿਸੇ ਨਾਲ ਕਿਸੇ ਨਾਲ ਤੁਹਾਡਾ ਮਨਮਟਾਬ ਹੋ ਗਿਆ ਕਿਸੇ ਨਾਲ ਤੁਹਾਡੇ ਮਤਪੇਦ ਹੋ ਗਿਆ ਤਾਂ ਤੁਸੀਂ ਉਹਦਾ ਕਾਜ ਵਿਗਾੜਨ ਦੇ ਲਈ ਉਹਦਾ ਕੰਮ ਵਿਗਾੜਨ ਦੇ ਲਈ ਚੁਗਲੀ ਨਹੀਂ ਕਰਨੀ ਇਹ ਅਦਬਾਰਾ ਦੁਹਰਾ ਕੇ ਮਤਲਬ ਹੈ ਚੁਗਲੀ ਉਹਦਾ ਵੀ ਨਹੀਂ ਕਰਨੀ ਪਰ ਸਤਗੁਰੂ ਨੇ 40ਵੇਂ ਬਚਨ ਦੇ ਵਿੱਚ ਉਹ ਗੱਲ ਪਹਿਲਾਂ ਕਾਇਤੀ ਸੀ 21ਵੇਂ ਬਚਨ ਚ ਕਾਇਤੀ ਨਿੰਦਾ ਚੁਗਲੀ ਤੇ ਈਰਖਾ ਨਹੀਂ ਕਰਨੀ ਪਰ 40ਵੇਂ ਬਚਨ ਦੇ ਵਿੱਚ ਇਹ ਦੁਹਰਾ ਕੇ ਗੱਲ ਆਖੀ ਹੈ ਕਿ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਜੇ ਕੋਈ ਇਹਨੂੰ ਜਾਇਜ਼ ਸਮਝਦਾ ਹੋਵੇ ਕਿ ਮੇਰਾ ਉਹਦੇ ਨਾਲ ਮਨ ਮਟਾ ਆਇਆ ਮੇਰੇ ਮੱਤ ਭੇਜਦਾ ਮੈਂ ਤਾਂ ਉਹਦਾ ਕੰਮ ਖਾੜਨੇ ਵਿਗਾੜਨਾ ਮੈਂ ਤਾਂ ਕੋਈ ਨਾ ਹੀਲਾ-ਵਸੀਲਾ ਕੋਈ ਨਾ ਕੋਈ ਵਰਤਣਾ ਹੀ ਆ ਸਤਿਗੁਰੂ ਕਹਿੰਦੇ ਨਹੀਂ ਵਰਤਣਾ ਇਹ ਇੱਥੇ ਰੋਕ ਲਾਤੀ ਸਤਿਗੁਰ ਨੇ ਇਸ ਗੱਲ ਨੂੰ ਥੋੜਾ ਜਿਆਦਾ ਸਿਧਾਂਤਾਂ ਨਾਲ ਜੋੜ ਕੇ ਪੜ੍ਹੀਏ ਸਿਧਾਂਤਾਂ ਨਾਲ ਜੋੜ ਕੇ ਜਾਣਨ ਦੀ ਕੋਸ਼ਿਸ਼ ਕਰੀਏ ਸਤਿਗੁਰੂ ਨੇ ਬਚਨ ਕਿਉਂ ਦੁਹਰਾ ਕੇ ਕਿਹਾ ਕਿਉਂ ਇਹਨੂੰ ਇੰਨੀ ਮਹੱਤਤਾ ਦਿੱਤੀ ਕਿ ਚੁਗਲੀ ਨਹੀਂ ਕਰਨੇ ਸਤਗੁਰ ਕਿੰਨਾ ਮਾੜਾ ਸਮਝਦੇ ਜੁਗਲੀ ਕਰਨ ਨੂੰ ਦੂਜੀ ਦੋ ਬਚਨ ਬੋਝਾ ਬਚਨਾਂ ਦੇ ਵਿੱਚ ਪੂਰੇ ਸਿੱਖ ਫਲਸਫੇ ਦੀ ਪੂਰੇ ਗੁਰਮਤ ਫਲਸਫੇ ਦੀ ਗੱਲ ਕਰ ਰਿਹਾ ਤੇ ਦੁਹਰਾ ਕੇ ਗੱਲ ਆਖਦਾ ਕੁਝ ਗੱਲਾਂ ਸਤਗੁਰ ਨੇ ਦੁਹਰਾ ਕੇ ਆਖੀਆਂ ਪੰਜਾ ਬਚਨਾਂ ਦੇ ਵਿੱਚ ਉਹ ਦੁਹਰਾ ਕੇ ਕਹਿਣ ਦਾ ਵੀ ਸਤਗੁਰ ਦਾ ਆਪਣਾ ਇੱਕ ਵੱਖਰਾ ਮਕਸਦ ਹੈ ਕਿ ਕਿਸੇ ਪੱਖ ਪੱਖ ਤੋਂ ਵੀ ਕੋਈ ਬੰਦਾ ਉਹ ਚੋ ਬਚ ਕੇ ਨਿਕਲਣ ਦੀ ਕੋਸ਼ਿਸ਼ ਨਾ ਕਰੇ ਜਿੱਦਾਂ ਪਹਿਲਾਂ ਵੀ ਸਤਗੁਰੂ ਨੇ ਬਚਨ ਕੀਤਾ ਸੀ ਕਿ ਸਤ ਸਰੂਪ ਸਤਗੁਰੂ ਜੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਗੁਰਬਾਣੀ ਕੰਠ ਕਰਨੀ ਗੁਰਬਾਣੀ ਤੋਂ ਸੇ ਦਲਾਣੀ ਗੁਰਬਾਣੀ ਦੇ ਅਰਥ ਪੜਨੇ ਪਰ ਪਿਛਲੇ ਬਚਨ ਸਤਗੁਰੂ ਨੇ ਫੇਰ ਕਰਤਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਰਨੇ ਸਾਰੇ ਕਾਜ ਤੇ ਕਰਨੇ ਵੀ ਗੁਰਬਾਣੀ ਅਨੁਸਾਰ ਆ ਤਾਂ ਕਿ ਕਿਸੇ ਤਰੀਕੇ ਨਾਲ ਵੀ ਸਿੱਖ ਮੱਚ ਕੇ ਨਿਕਲ ਦੀ ਕੋਸ਼ਿਸ਼ ਨਾ ਕਰੇ ਮਨ ਬੜਾ ਖੁਸ਼ਤਾ ਕਰਨ ਬੜਾਇਆ ਇੱਥੇ ਵੀ ਸਾਰੀ ਕੀਤਾ ਜਾ ਸਕਦਾ ਹੈ ਕੋਈ ਨਾ ਕੋਈ ਆਪਣਾ ਕੱਢ ਲੈਂਦਾ ਬਚਨ ਦਾ ਤਰੀਕਾ ਔਰ ਬੋੰਜਾ ਬਜਨਾ ਸਤਗੁਰੂ ਨੇ ਚਾਰੇ ਬੰਨਿਓ ਮਨ ਨੂੰ ਸਮਝ ਕੇ ਪੂਰੇ ਮਨ ਦੇ ਫਲ ਸਪੇ ਨੂੰ ਸਮਝ ਕੇ ਚਾਰੇ ਬੰਨਿਓ ਸਿੱਖ ਨੂੰ ਕਰਕੇ ਸਿੱਧੇ ਗੁਰਮਤ ਦੇ ਮਾਰਗ ਤੇ ਪਾਇਆ ਬਾਕੀ ਉਹਦੇ ਰਸਤੇ ਸਾਰੇ ਬੰਦ ਕਰ ਦਿੱਤੇ ਜੇ ਕੋਈ ਬੋੰਜਾ ਬਜਨਾ ਨੂੰ ਮੰਨ ਲਊਗਾ ਪੜ ਲਊਗਾ ਆਪਣੇ ਜੀਵਨ ਚ ਧਾਰ ਲਊਗਾ ਉਹ ਸਿੱਧਾ ਸਿੱਧਾ ਗੁਰਮਤ ਦੇ ਗਾੜੀ ਰਾਹ ਤੇ ਤੁਰੂਗਾ ਤੇ ਜੇ ਗੁਰਮਤ ਦੇ ਗਾੜੀ ਰਾਹ ਤੇ ਤੁਰੂਗਾ ਗੁਰੂ ਦੇ ਦੱਸੇ ਰਸਤੇ ਤੇ ਤੁਰੂਗਾ ਮੁਕਤੀ ਸੰਭਵ ਹੈ ਹਲ ਤਸੋਖ ਬਲ ਤਸੋਖ ਹੈ ਲੋਕ ਸੁਖੀ ਪਰ ਲੋਕ ਸੇਲਾ ਹੈ ਸਸ ਨੂੰ ਤਾਂ ਕੁਝ ਬਚਨ ਧਰਾ ਕੇ ਕਰਦੇ ਆ ਆਪਾਂ ਜਦੋਂ ਇਸ ਗੱਲ ਨੂੰ ਵਿਸਤਾਰ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਜਦੋਂ ਭਾ ਅਰਦਾਸ ਕਰਦੇ ਆ ਨਾ ਅਰਦਾਸ ਵਿੱਚ ਇਹ ਗੱਲ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਜਦੋਂ ਭਾ ਅਰਦਾਸ ਕਰਦੇ ਆ ਅਰਦਾਸ ਜਦੋਂ ਸ਼ੁਰੂ ਹੁੰਦੀ ਆ ਤੇ ਅਰਦਾਸ ਆਪਾਂ ਕਰਦੇ ਆ ਸਭ ਤੋਂ ਪਹਿਲਾਂ ਕਾਲਪੁਰਖ ਨੂੰ ਧਿਆ ਕੇ ਫਿਰ ਦਸਾਂ ਗੁਰੂਆਂ ਨੂੰ ਧਿਆਉਂਦੇ ਆ ਦਸਾਂ ਗੁਰੂਆਂ ਦਾ ਨਾਲ ਇੰਨੇ 10 ਗੁਰੂ ਸਾਹਿਬਾਨ ਦਾ ਨਾਂ ਲੈ ਕੇ ਫਿਰ 10 ਪਾਤਸ਼ਾਹਾਂ ਦੀ ਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਾਰ ਦਾ ਧਿਆਨ ਕਰਦੇ ਹਾਂ। ਸੁਧਸਾ ਗੁਰੂਆਂ ਦੀ ਰਾਤਰਾ ਹੋ ਗਈ, ਕਾਲਪੁਰਖ ਦੀ ਰਾਤਰਾ ਹੋ ਗਈ। ਆਪਣੇ ਆਰਾਧਿਆ ਜਿਹੜਾ ਸਾਡਾ ਜਿਹੜਾ ਸਾਡਾ ਇਸਤ ਹੈ ਅਸੀਂ ਉਹਨੂੰ ਧਿਆਲਿਆ ਪਹਿਲੇ ਪੈਰੇ 'ਚ ਅਰਦਾਸ ਦਾ ਪਹਿਲਾ ਪੜਾ। ਪਹਿਲਾ ਕਾਲਪੁਰਖ ਪ੍ਰਥਮ ਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਇਆ ਫਿਰ ਅੰਗਦ ਗੁਰ ਤੇ ਅਮਰਦਾਸ ਲਾਮਦਾਸੇ ਹੋਈ ਸਾਹਿਬ ਇੰਨਾ 10 ਗੁਰੂਆਂ ਦੇ ਨਾਂ ਲੈ ਲੈ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਦਰਾਰ ਦਾ ਧਿਆਨ ਕਰ ਲਿਆ ਫਿਰ ਤਵਾਹ ਗੁਰੂ ਜਿਹੜਾ ਅਰਦਾਸ ਦਾ ਪਹਿਲਾ ਪੈਰਾ ਇਹ ਦੂਬਾਰ ਜਿਹੜਾ ਅਰਾਧਨਾ ਤੋਂ ਬਾਅਦ ਸ਼ੁਰੂ ਹੁੰਦਾ ਹੈ ਉਹਦੇ ਚ ਗੁਰੂ ਸਾਹਿਬ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਮਾਨ ਦਿੱਤਾ ਸਭ ਤੋਂ ਪਹਿਲਾ ਪੰਜ ਪਿਆਰੇ ਉਹ ਪੈਰਾ ਜਿਹੜਾ ਪੜਨ ਦੀ ਲੋੜ ਹੈ ਪਹਿਲਾ ਪੰਜ ਪੈਰਾਂ ਨੂੰ ਮਾਨ ਦਿੱਤਾ ਫੇਰ ਚਾਰ ਸਾਹਿਬ ਜੀ ਉਹਨਾਂ ਨੂੰ ਮਾਨ ਦੇਤਾ ਪੰਥ ਨੇ ਫੇਰ 40 ਮੁਕਤੀਆਂ ਨੂੰ ਮਾਨ ਦੇਤਾ ਹਟੀਆਂ ਜਪੀਆਂ ਤਪੀਆਂ ਨੂੰ ਜਿਹਨਾਂ ਦਾ ਨਾਮ ਜਪਿਆ ਵੰਡ ਛਕਾ ਸਾਰਿਆਂ ਨੂੰ ਮਾਨ ਦੇ ਦਿੱਤਾ ਪਰ ਉਹਨਾਂ ਦੇ ਨਾਲ ਹੀ ਰੱਖ ਲਿਆ ਜਿਨ੍ਹਾਂ ਨੇ ਦੇਖ ਕੇ ਅੰਡਰਟ ਕੀਤਾ ਮੈਂ ਪਹਿਲਾ ਜਿਹੜਾ ਤੁਹਾਡਾ ਸਾਝਾ ਕਰ ਲਵਾਂ ਆਪਾਂ ਅਰਦਾਸ ਕਰਦੇ ਹੋ ਕਹਿੰਦੇ ਆ ਅਰਦਾਸ ਦਾ ਆਰਾਧਨਾ ਤੋਂ ਬਾਅਦ ਅਕਾਲ ਪੁਰਖ ਦੀ ਔਰ ਗੁਰੂ ਸਾਹਿਬਾਨ ਦੀ ਦਸਾਂ ਗੁਰੂਆਂ ਦੀ ਗੁਰਗੰਸਾਬ ਦਾ ਧਿਆਨ ਤਰਨ ਦੀ ਆराधना ਤੋਂ ਬਾਅਦ ਇਹ ਪਹਿਲਾ ਪੈਰਾ ਫੇਰ ਅਰਦਾਸ ਦਾ ਬਣ ਜਾਂਦਾ ਉਸ ਤੋਂ ਬਾਅਦ ਵਿੱਚ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਈ ਦੇਖ ਕੇ ਅੰਦਰ ਕੀਤਾ ਤਿੰਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਇਸ ਚਾਪਰ ਨੂੰ ਤਾਨ ਅਸ ਇਹ ਆਣਾ ਪੜੋ ਦੁਬਾਰ ਦੁਬਾਰ ਆਪਣੇ ਮਨ ਦੇ ਵਿੱਚੋਂ ਦਰਾਓ ਤਾਂ ਇੱਕ ਗੱਲ ਸਪਸ਼ਟ ਹੋਏਗੀ ਕਿ ਜਿੱਥੇ ਦਰਜਾ ਪੰਜਾਂ ਪੈਰਿਆਂ ਦਾ ਜਿੱਥੇ ਦਰਜਾ ਜਿਹੜੇ ਪੈਰੇ ਅੰਦਰ ਚਾਰ ਸਾਬਜਾਂ ਦਾ ਜਿੱਥੇ ਦਰਜਾ ਉਚਾਲੀਆਂ ਮੁਕਤਿਆਂ ਦਾ ਜਿੱਥੇ ਦਰਜਾ ਹੱਟੀਆਂ ਜੱਪੀਆਂ ਤੱਪੀਆਂ ਦਾ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਵੰਡ ਛਕਿਆ ਜਿਨ੍ਹਾਂ ਨੇ ਦੇਹ ਚਲਾਈ ਜਿਨ੍ਹਾਂ ਨੇ ਤੇਗ ਵਾਈ ਜਿੱਥੇ ਦਰਜਾ ਸ਼ਹੀਦਾਂ ਮਰੀਦਾਂ ਦਾ ਉਥੇ ਨਾਲ ਹੀ ਦਰਜਾ ਏ ਉਹਨਾਂ ਦਾ ਦੇਖ ਕੇ ਅਨਡਿਠ ਕੀਤਾ ਜਿਨ੍ਹਾਂ ਨੇ ਦੂਜੇ ਦਾ ਔਗਣ ਦੇਖ ਕੇ ਅਨੰਦਿਤ ਕਰ ਦਿੱਤਾ ਉਹ ਸਾਗਨ ਨੂੰ ਚਿਤਾਰਿਆ ਨਹੀਂ ਉਹਦਾ ਟੰਡੋਰਾ ੜੀ ਪਟਿਆ ਉਹਦੀ ਬਦਖੋਈ ਨਹੀਂ ਕੀਤੀ ਉਹਦੀ ਦਿੰਦਾ ਨਹੀਂ ਕੀਤੀ ਉਹਦੀਆਂ ਚੁਗਲੀਆਂ ਨਹੀਂ ਕੀਤੀਆਂ ਜਿਨ੍ਹਾਂ ਦੇਖ ਕੇ ਅਨੰਦਿਤ ਕੀਤਾ ਸਤਿਗੁਰੂ ਕਹਿੰਦੇ ਅਰਦਾਸ ਕੀਦੀ ਹੈ ਖਾਲਸਾ ਪੰਥ ਦੀ ਗੁਰੂ ਰੂਪ ਖਾਲਸਾ ਪੰਥ ਦਾ ਕਿ ਤਿੰਨਾ ਪਿਆਰਿਆ ਸਚਾਰੇ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੱਥੇ ਪੰਜਾ ਪੈਰਾਂ ਦਾ ਧਿਆਨ ਕਰਨਾ ਜਿੱਥੇ ਚੌਹ ਸਾਬਜਾਂ ਦਾ ਧਿਆਨ ਕਰਨਾ ਜਿੱਥੇ 40 ਮੁਖਤਿਆਂ ਦਾ ਧਿਆਨ ਕਰਨਾ ਜਿੱਥੇ ਹੱਡੀਆਂ ਜੱਪੀਆਂ ਤੱਪੀਆਂ ਦਾ ਨਾਮ ਜਪਣ ਵਾਲਿਆਂ ਦਾ ਦੇਖ ਚਲਾਉਣ ਵਾਲਿਆਂ ਦਾ ਵੰਡ ਛਕਣ ਵਾਲਿਆਂ ਦਾ ਤੇਗ ਚਲਾਉਣ ਵਾਲਿਆਂ ਦਾ ਸ਼ਹੀਦਾ ਮਰੀਦਾਂ ਦਾ ਧਿਆਨ ਕਰਨਾ ਉੱਥੇ ਨਾਲ-ਨਾਲ ਜਿਹਨਾਂ ਨੇ ਦੇਖ ਕੇ ਅੰਡਰਟ ਕੀਤਾ ਉਹਨਾਂ ਦਾ ਵੀ ਧਿਆਨ ਕਰਨਾ ਕਿ ਡਾ ਵੱਡਾ ਦਰਜਾ ਸਤਿਗੁਰੂ ਨੇ ਦਿੱਤਾ ਪੰਜਾ ਪੈਰਾਂ ਦੇ ਬਰਾਬਰ ਦਾ ਚੌਹ ਸਾਬਜਾਂ ਦੇ ਬਰਾਬਰ ਦਾ ਜਿਹੜੇ ਦੇਖ ਕੇ ਅੰਡਰਟ ਕਰਦੇ ਨੇ ਔਰ ਦੇਖ ਕੇ ਅੰਡਰਟੈਕ ਕਰਨਾ ਕੋਈ ਗੱਲ ਛੋਟੀ ਜੀ ਨਹੀਂ ਹੈ ਗਈ ਬਹੁਤ ਵੱਡੀ ਗੱਲ ਹੈ ਕਰਨੇ ਹੁੰਦਾ ਮਨੁੱਖ ਆਮ ਕਰ ਨਹੀਂ ਸਕਦਾ ਪਰ ਸਤਗੁਰੂ ਸਿੱਖ ਨੂੰ ਆਮ ਮਨੁੱਖ ਰਹਿਣ ਵੀ ਨਹੀਂ ਦੇਣਾ ਚਾਹੁੰਦੇ ਉਹਨੂੰ ਖਾਸਮ ਖਾਸ ਬਣਾਉਣਾ ਚਾਹੁੰਦੇ ਨੇ ਖਾਲਸਾ ਮੇਰਾ ਰੂਪ ਹੈ ਖਾਸ ਤੇ ਜਦੋਂ ਦੇਖ ਕੇ ਅੰਡਰਟੈਕ ਕਰ ਲਿਆ ਫਿਰ ਇੰਨਾ ਵੱਡਾ ਦਰਜਾ ਦਿੱਤਾ ਫਿਰ ਉਹਦਾ ਨਾਂ ਉਹਦਾ ਧਿਆਨ ਤਰਕੀ ਖਾਲਸਾ ਜੀ ਇਹਦਾ ਦੇਖ ਕੇ ਅੰਡਰਟੈਕ ਕਰਦਾ ਉਹਦਾ ਧਿਆਨ ਤਰਕੀ ਵੀ ਬੋਲੋ ਜੀ ਵਾਹਿਗੁਰੂ ਉਹਦੇ ਨਾਂ ਤੇ ਨਾਮ ਜਪਾਇਆ ਜਾ ਰਿਹਾ ਉਹਦੇ ਨਾਂ ਤੇ ਵਾਹਿਗੁਰੂ ਦਾ ਨਾਮ ਜਪਾਇਆ ਜਾ ਰਿਹਾ ਕਿੱਡਾ ਵੱਡਾ ਮਾਣ ਸਤਿਗੁਰੂ ਨੇ ਸਾਨੂੰ ਦਿੱਤਾ ਜਿਹੜਾ ਬੰਦਾ ਨਿੰਦਾ ਨਹੀਂ ਕਰਦਾ ਚੁਗਲੀ ਨਹੀਂ ਕਰਦਾ ਦੇਖ ਕੇ ਐਂਡਿਟ ਕਰ ਦਿੰਦਾ ਕਿਸੇ ਦੀ ਸ਼ਿਕਾਇਤਾਂ ਨਹੀਂ ਲਾਉਣ ਨੂੰ ਤਰਪਿੰਦਾ ਕਿਸੇ ਦੇ ਔਗਣੀ ਨਹੀਂ ਚਤਾਰਦਾ ਰਹਿੰਦਾ ਅਡੋ ਵੱਡਾ ਮਾਣ ਦੇਤਾ ਤੇ ਸਤਿਗੁਰੂ ਨੇ ਦੇਵ ਦਿੱਤਾ ਇੱਕ ਤਰ੍ਹਾਂ ਨਾਲ ਕਿ ਤੂੰ ਹੋਰ ਕੁਝ ਨਹੀਂ ਕਰਨਾ ਦੇਖ ਕੇ ਐਂਡਿਟ ਹੀ ਕਰਨਾ ਪਰ ਕਿੰਨੇ ਕਿੰਨਾ ਵੱਡਾ ਮਾਣ ਦੇਤਾ ਕਿੱਡੇ ਵੱਡੇ ਸਾਡੇ ਸੁਭਾਗ ਲੇਖ ਦੇਤੇ ਪਰ ਕਿੱਡੇ ਵੱਡੇ ਭਾਗੇ ਆ ਸੀ ਕਿ ਅਸੀਂ ਕਿਸੇ ਦੇ ਦੇਖ ਕੇ ਤਾਂ ਅਗਨ ਕੀ ਜੇ ਕੋਈ ਅਗਨ ਦੇਖ ਲਿਆ ਉਹਨੂੰ ਤਾਂ ਕੀ ਲਗਾਉਣਾ ਕਿਸੇ ਦੇ ਪਰਦਾ ਤਾਂ ਕੀ ਪਾਉਣਾ ਅਸੀਂ ਜਿਹੜੇ ਉੱਗ ਨਹੀਂ ਹੁੰਦੇ ਉਹਨਾਂ ਦੇ ਵੀ ਟੰਡੋਰਾ ਦੇੰਦਰ ਪੈਂਦੇ ਆ ਉਹਦਾ ਆਵਦਾ ਚਰਾਛਰਾ ਕੇ ਦੱਸਦੇ ਆ ਉਹ ਸਾਡੀਆਂ ਤਾਂ ਕਿ ਸੰਸਥਾਵਾਂ ਇਸ ਕੰਮਲੀ ਬਣੀਆਂ ਹੋਈਆਂ ਕੇ ਅਸੀਂ ਕੰਮ ਵਿਗਾੜਨਾ ਕਿਹਦਾ ਬਣਿਆ ਹੋਇਆ ਨਿੰਦਾ ਜੁਗਲੀ ਦੇ ਸਿਰ ਤੇ ਉਹਨਾਂ ਦੀ ਰੋਟੀ ਰੋਜੀ ਖੜੀ ਆ ਨਿੰਦਾ ਜੁਗਲੀ ਦੇ ਸਿਰ ਤੇ ਉਹਨਾਂ ਦਾ ਸਾਰਾ ਕਾਰੋਬਾਰ ਖੜਾ ਸ਼ਿਕਾਇਤਾਂ ਲਾ ਲਾ ਕੇ ਪਰ ਗੁਰੂ ਨਹੀਂ ਜੇ ਮਾਫ ਕਰਦਾ ਕਿਸੇ ਕਿੱਥੇ ਦਾ ਦਰਜਾ ਦਿੰਦਾ ਇਹ ਦੇਖਿਆ ਕੈਂਡੀਡਟ ਕਰਨ ਵਾਲਾ ਕਿੱਥੇ ਡਿੱਗ ਪਈਨੇ ਆ ਕਿੱਥੇ ਸਤਗੁਰੂ ਨੇ ਸਾਨੂੰ ਚੋਟੀ ਤੇ ਬਿਠਾਇਆ ਸਿਖਰ ਤੇ ਬਿਠਾਇਆ ਕਿੱਥੇ ਰਸਾਤਲ ਦੀ ਖਾੜ ਵਿੱਚ ਡਿੱਗ ਪਈਨੇ ਆ ਚੁਗਲੀ ਕਰਨਾ ਨਿੰਦਾ ਕਰਨ ਦੇ ਨਾਲ ਅਰਦਾਸ ਦੇ ਇਹਨਾਂ ਬੋਲਾਂ ਨੂੰ ਕਿਦੇ ਧਿਆਨ ਨਾਲ ਪੜ੍ਹੀਏ ਤਾਂ ਮਾਨ ਮਹਿਸੂਸ ਕਰੀਏ ਕਿ ਸਤਗੁਰੂ ਸਾਨੂੰ ਕਿੱਥੇ ਲੈ ਜਾਣਾ ਚਾਹੁੰਦੇ ਆ ਸਤਗੁਰੂ ਸਾਨੂੰ ਕਿੱਥੇ ਲੈ ਕੇ ਗਿਆ ਸਤਗੁਰੂ ਕਹਿੰਦੇ ਸਿੱਖਣੇ ਸਿੱਖ ਦੀ ਕਮਜ਼ੋਰੀ ਨਹੀਂ ਛਾਲਣੀ ਸਿੱਖ ਦੇ ਔਗਣ ਨਹੀਂ ਚਤਾਰਨੇ ਸਿੱਖਾਂ ਦੇ ਔਗਣਾਂ ਦਾ ਢੰਡੋਰਾ ਨਹੀਂ ਦੇਣਾ ਸਿੱਖ ਦੀ ਨਿੰਦਾ ਨਹੀਂ ਕਰਨੀ ਸਿੱਖ ਦੀ ਚੁਗਲੀ ਨਹੀਂ ਕਰਨੀ ਪਰ ਤੁਸੀਂ ਕਈਏ ਤੇ ਜਦੋਂ ਅੱਜ ਕੱਲ ਤਾਂ ਟੈਲੀਵਿਜ਼ਨ ਆ ਜਾ ਗਿਆ ਹੁਣ ਟੈਲੀਵਿਜ਼ਨਾਂ 'ਚ ਵੀ ਅਸੀਂ ਬਾਸ਼ ਨਹੀਂ ਆਉਂਦੇ ਅਸੀਂ ਆਪਣੇ ਆਪ ਨੂੰ ਵੱਡਾ ਦੱਸ ਲਈ ਆਪਣਾ ਕੰਮ ਵੱਡਾ ਨਹੀਂ ਕਰਦੇ ਅਸੀਂ ਦੂਜੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣਾ ਕੰਮ ਵੱਡਾ ਕਰ ਲੋ ਕਿਸੇ ਦਾ ਨਾਂ ਲੈਣ ਦੀ ਲੋੜ ਹੀ ਨਾ ਪਵੇ ਇਸਨੂੰ ਨੀਵਾ ਦਿਖਾਉਣ ਦੀ ਲੋੜ ਹੀ ਨਾ ਪਵੇ ਆਪਣਾ ਕੰਮ ਵੱਡਾ ਨਹੀਂ ਕਰਨਾ ਦੂਜੇ ਨੂੰ ਦਿਖਾਉਣਾ ਕਿ ਦੂਜੇ ਸਾਰੇ ਖਤਮ ਉਹਨਾਂ ਦਾ ਕਰੋ ਬਾਈਕਾਡ ਮੇਰੇ ਕੋਲ ਆ ਜਾ ਬਸ ਭਾਈ ਇਦਾਂ ਨਹੀਂ ਇਦਾਂ ਗੁਰੂਰੇ ਖੁਸ਼ ਨਹੀਂ ਹੋਣਾ ਤੇ ਜੇ ਗੁਰੂ ਨੇ ਖੁਸ਼ ਨਹੀਂ ਉਹਨਾਂ ਦੇ ਗੁਰੂ ਕੇ ਸੰਗਤਾਂ ਨੇ ਵੀ ਖੁਸ਼ ਨਹੀਂ ਹੋਣਾ ਜਾਣਦੇ ਸਾਰੇ ਗੁਰੂ ਵਿਚਰਿਆ ਵਿੱਚ ਸੰਗਤ ਹਰ ਪ੍ਰਭ ਵੱッセ ਜਿਓ ਸੋ ਸਿੱਖ ਨੇ ਚੁਗਲੀ ਕਰਕੇ ਕਾਰਜ ਦੀ ਬਗੜਨਾ ਸਿੱਖ ਨੇ ਦੇਖ ਕੇ ਅੰਡਟ ਕਰਨਾ ਤੇ ਜੇ ਦੇਖ ਕੇ ਅੰਡਟ ਕਰੇਗਾ ਤੇ ਉਹਦਾ ਰਤਵਾ ਜਿਹੜਾ ਸਤਗੁਰ ਕਹਿੰਦੇ ਨੇ ਅਰਦਾਸ ਵਿੱਚ ਆਪਾਂ ਪੂਰਾ ਪੰਥੇ ਬਣ ਕੇ ਤੁਰਦਾ ਕਿ ਉਹ ਪੰਜਾਬ ਪਿਆਰੇ ਦੇ ਬਰਾਬਰ ਹੈ ਚੌਂ ਸਾਬ ਜਦਿਆਂ ਦੇ ਬਰਾਬਰ ਹੈ 40 ਮੁਕਤਿਆਂ ਦੇ ਬਰਾਬਰ ਹੈ ਹਟੀਆਂ ਜੱਪੀਆਂ ਤੱਪੀਆਂ ਦੇ ਬਰਾਬਰ ਹੈ ਸ਼ਹੀਦਾ ਮਰੀਦਾਂ ਦੇ ਬਰਾਬਰ ਹੈ ਨਾਮ ਜਪਣ ਵਾਲਿਆਂ ਦੇ ਬਰਾਬਰ ਹੈ ਦੀਗ ਚਲਾਉਣ ਵਾਲਿਆਂ ਦੇ ਬਰਾਬਰ ਹੈ ਤੇਗ ਬਾਣ ਵਾਲਿਆਂ ਦੇ ਬਰਾਬਰ ਹੈ ਅੱਡਾ ਵੱਡਾ ਰਤਵਾ ਬਸ ਇੱਕੋ ਹੀ ਗੱਲ ਦੇਖ ਕੇ ਅਨੈਡ ਕਰ ਦੇਣਾ ਇਧਰ ਲਈ ਉਧਰ ਨਹੀਂ ਉਧਰ ਲਈ ਇਧਰ ਨਹੀਂ ਔਰ ਚੁਗਲੀ ਸਭ ਤੋਂ ਮਾੜੀ ਆਦਤ ਆ ਸਤਿਗੁਰੂ ਕੌਮਾਂ ਦੀ ਜਿਹੜੇ ਪਰਿਵਾਰਾਂ 'ਚ ਚੁਗਲੀ ਦੀ ਆਦਤ ਪਾ ਜਵੇ ਉਹ ਪਰਿਵਾਰ ਬਰਬਾਦ ਹੋ ਜਾਂਦੇ ਆ ਕਲਾ ਕਲੇਸ਼ 'ਚ ਪੈ ਰਹਿੰਦੇ ਆ ਜਿਹੜੀਆਂ ਕੌਮਾਂ ਭਾਈਚਾਰੇ 'ਚ ਚੁਗਲੀ ਦੀ ਆਦਤ ਆ ਜਾਂਦੀ ਆ ਦੀ ਆਦਤ ਆ ਜਾਂ ਉਹ ਕੌਮਾਂ ਬਰਬਾਦ ਹੋ ਜਾਂਦੀ ਆ ਔਰ ਮੈਂ ਕਈ ਵਾਰੀ ਦੇਖਦਾ ਹੁੰਨਾ ਸਾਡੇ ਆਲੇ ਦੁਆਲੇ ਬਿਮਾਰੀ ਬਹੁਤ ਭੰਕਰ ਰੂਪ ਚ ਆ ਗਈ ਆ ਤੁਹਾਡੇ ਨਾਲ ਬੈਠਾ ਹੁੰਦਾ ਸਿੱਖ ਤੁਹਾਡੇ ਕੋਲ ਬੈਠ ਕੇ ਤੁਹਾਡੀ ਸਿਫਤ ਕਰਦਾ ਹੁੰਦਾ ਮਾੜਾ ਜਿਹਾ ਮੂੰਹ ਪਾਸੇ ਕਰੋ ਤੇ ਉਸੇ ਲਈ ਬਦਗੋਈ ਸ਼ੁਰੂ ਹੋ ਜਾਂਦੀ ਆ ਜਿਹੜੀਆਂ ਕੌਮਾਂ ਚ ਚੁਗਲੀ ਆ ਜਾਏ ਉਹਨਾਂ ਕੌਮਾਂ ਦੀ ਤਰੱਕੀ ਰੁਕ ਜਾਂਦੀ ਆ ਉਹਨਾਂ ਕੌਮਾਂ ਦਾ ਆਪਸੀ ਵਿੱਚ ਵਿਸ਼ਵਾਸ ਨਹੀਂ ਰਹਿੰਦਾ ਅਤਵਾਰ ਨਹੀਂ ਰਹਿੰਦਾ ਤਫਾਕ ਨਹੀਂ ਰਹਿੰਦਾ ਇਕਤਾ ਨਹੀਂ ਰਹਿੰਦੀ ਇਕਸਰਤਾ ਨਹੀਂ ਰਹਿੰਦੀ ਇਕਮੁਰਤਾ ਨਹੀਂ ਰਹਿੰਦੀ ਇਕ ਜੁੜਤਾ ਨਹੀਂ ਰਹਿੰਦੀ ਔਰ ਜਦੋਂ ਸਾਰਾ ਕੁਝ ਨਹੀਂ ਰਹੇਗਾ ਤੇ ਕੌਮਾਂ ਦੀ ਤਰੱਕੀ ਕਿੱਥੇ ਹੋਏਗੀ ਕੌਮਾਂ ਦੀ ਤਰੱਕੀ ਰੁਕ ਜਾਂਦੀ ਹੈ ਸੋ ਸਤਗੁਰੂ ਇਸ ਗੱਲ ਨੂੰ ਬਹੁਤ ਬੁਰਾ ਸਮਝਦੇ ਆ ਬਹੁਤ ਨੁਕਸਾਨਦੇਖ ਸਮਝਦੇ ਨਿੰਦਾ ਤੇ ਚੁਗਲੀ ਨੂੰ ਇਸੇ ਕਰਕੇ ਸਤਗੁਰੂ ਨੇ ਦੂਜਾ ਵਚਨ ਕੀਤਾ ਦੂਜੀ ਆ ਦੀ ਦੁਹਰਾ ਕੇ ਕਿਆ 40ਵੇਂ ਵਚਨ ਚ ਪਹਿਲੇ ਕੀ ਚੁਕਿਆ ਸੀ ਨਿੰਦਾ ਚੁਗਲੀ ਈਰਖਾ ਤੇ ਨੇ ਜੋੜ ਕੇ ਕਿਹਾ ਸੀ ਐਥੇ ਇਕੱਲੇ ਚੁਗਲੀ ਦੀ ਗੱਲ ਕੀਤੀ ਆ ਕਿ ਚੁਗਲੀ ਨਹੀਂ ਕਰਨੀ ਜਿੱਥੇ ਚੁਗਲੀ ਹੋਣ ਲੱਪੋਵੇ ਜਿੱਥੇ ਚੁਗਲੀ ਪ੍ਰਧਾਨ ਹੋਵੇ ਉੱਥੇ ਹਰ ਕੋਈ ਤੁਹਾਨੂੰ ਆਪਣਾ ਦੁੱਖ ਹੀ ਨਜ਼ਰ ਆਉਣ ਲੱਪੇਂਦਾ उत्त हर कोई थाना दुश्मन नजर आना लग सच करके जाने जो चुगल खो रहा ना जो तो कोल ते को चुगली करता तो चुगली भी दूजे को जरूर करता वो आदि उ ना बच के रो दता जे तुम किसी की चुगली सुन रहे हो सवाद लैके तो समझ लो भी चुगली होगी स्वाद लैके दूजा भी सुनेगा सुने ਕਿਸੇ ਦੇ ਉਹ ਗੁਨਾਜੋ ਸਵਾਦ ਲੈਣ ਲੱਪੈ ਕਿੱਥੇ ਰਹਿ ਗਈ ਗੱਲ ਦੇਖ ਕੇ ਐਡਮਿਟ ਕਰਨ ਵਾਲੀ ਹੈ ਕਿਸੇ ਦੀ ਬਰਾਈ ਸੁਣ ਕੇ ਸਵਾਦ ਲੈਣ ਲੱਪੈ ਉਹ ਸਵਾਦ ਤਾਂ ਸਿੱਖ ਦੇ ਨਾਮ ਦਾ ਲੈਣਾ ਸਵਾਦ ਲੈਣਾ ਗੁਨਾ ਦਾ ਤੇ ਤੁਸੀਂ ਇੰਨੇ ਡੱਗ ਗਏ ਉਹ ਜੋ ਸਵਾਦ ਲੈਣ ਲੱਪੈ ਤੇ ਸਤਗੁਰੂ ਦੀ ਨਿਗਾਹ ਛੁੱਟ ਡਿੱਗ ਪਿਆ ਫਿਰ ਔਰ ਇੱਕ ਗੱਲ ਇੱਥੇ ਵੱਖਰੇ ਤੌਰ ਤੇ ਵਿਚਾਰ ਲਈਏ ਚੁਗਲੀ ਪੈਦਾ ਹੁੰਦੀ ਆ ਸਾੜੇ ਚੋਂ ਈਰਖਾ ਚੋਂ ਹੀਨ ਭਾਵ ਵਿੱਚੋਂ ਤੇ ਦੁਸ਼ਮਣੀ ਵਿੱਚੋਂ ਤੁਹਾਡੀ ਕਿਸੇ ਦਾ ਅੰਦਰੂਨੀ ਦੁਸ਼ਮਣੀ ਆ ਤੁਹਾਡਾ ਕਿਸੇ ਦਾ ਸਾੜਾ ਆ ਤੁਹਾਡੀ ਕਿਸੇ ਦਾ ਈਰਖਾ ਆ ਜਾਂ ਤੁਹਾਡੇ ਵਿੱਚ ਹੀਨ ਭਾਵਨਾ ਆ ਗਿਆ ਕਿ ਦੂਜਾ ਤੁਹਾਡੇ ਤੋਂ ਅੱਗੇ ਲੰਘ ਗਿਆ ਤੁਸੀਂ ਉਹਦੀ ਚੁਗਲੀ ਕਰੋਗੇ ਕਰੋਗੇ ਕੋ ਸਾਹਮਣੇ ਮੁਕਾਬਲਾ ਕਰਦੇ ਹੋਗੇ ਨਹੀਂ ਹੀਨ ਭਾਵ ਔਰ ਜਿੱਦਾਂ ਜਿੱਦਾਂ ਕੋਈ ਚੁਗਲੀ ਕਰੀ ਜਾਊਗਾ ਉਹਦਾ ਹੀਣਪਾਵ ਉਹਦਾ ਉਹਦਾ ਵੱਧਾ ਜਾਊਗਾ ਕਿਉਂਕਿ ਸਾਹਮਣੇ ਮੁਕਾਬਲਾ ਕਰਨ ਜਾਊਗਾ ਨਹੀਂ ਜਿਹੜੀ ਗੱਲ ਉਹ ਬਾਹਰ ਆਪਣੇ ਕੱਢ ਰਿਆ ਜਿੰਨਾ ਉਹਨੇ ਬਾਹਰ ਜਾ ਕੇ ਅਸਰ ਕਰਨਾ ਉਹ ਤੋਂ ਜ਼ਿਆਦਾ ਉਹਦੇ ਹਿਰਦੇ ਅੰਦਰ ਅਸਰ ਕਰਨਾ ਉਹਦੇ ਅੰਤਰਾਤ ਵਿੱਚ ਅਸਰ ਕਰਨਾ ਜਿੱਦਾਂ ਜਿੱਦਾਂ ਕੋਈ ਚੁਗਲਖੋਰ ਬਣੀ ਜਾਂਦਾ ਉਹਦਾ 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 ਹੀਣਪਾਵ ਹੋਰ ਵੱਧਾ ਜਾਂਦਾ ਸੋ ਸਤਿਗੁਰੂ ਸਿੱਖ ਨੂੰ ਹੀਣਪਾਵ ਜੇ ਨਹੀਂ ਲਿਖਣਾ ਚਾਹੁੰਦੇ ਸਤਗੁਰੂ ਸਿੱਖ ਨੂੰ ਬਲੰਦੀਆਂ ਦੇ ਦੇਖਣਾ ਚਾਹੁੰਦੇ ਇਸੇ ਕਰਕੇ ਦੁਹਰਾ ਕੇ ਬਚਨ ਸਤਗੁਰ ਨੇ ਕਰ ਦਿੱਤਾ ਔਰ ਸਤਗੁਰ ਦੇ ਇਸ ਬਚਨ ਦੇ ਨਾਲ ਜੁੜ ਕੇ ਨਾ ਸਤਗੁਰ ਦੇ ਹਜ਼ੂਰੀ ਕਵੀਆਂ ਚ ਸਰਮੋਰ ਕਵੀ ਭਾਈ ਨੰਦ ਲਾਲ ਜੀ ਜਿਹਨਾਂ ਸਤਗੁਰ ਦੀ ਬੜੀ ਸਿਫਤ ਕੀਤੀ ਹੈ ਰਹਿਮਤਾਂ ਕੀਤੀਆਂ ਇੱਕ ਤਰ੍ਹਾਂ ਦੀ ਉਹਨਾਂ ਦੀ ਬਾਣੀ ਇਹ ਹਰਵੰਦਰ ਸਾਹਿਬ ਵੀ ਹਰਵੰਦਰ ਸਾਹਿਬ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਹੋ ਸਕਦਾ ਜਾਂ ਦਸਮ ਗ੍ਰੰਥ ਦੀ ਬਾਣੀ ਦਾ ਕੀਰਤਨ ਹੋ ਸਕਦਾ ਜਾਂ ਭਾਈ ਗੁਰਦਾਸ ਦੀਆਂ 12 ਦਾ ਕੀਰਤਨ ਹੋ ਸਕਦਾ ਜਾਂ ਭਾਈ ਨੰਦ ਲਾਲ ਦੀ ਲਿਖੀ ਰਚਨਾ ਦਾ ਕੀਰਤਨ ਹੋ ਸਕਦਾ ਕਿ ਸਾਡੀ ਪੁਰਤਾ ਇਤਿਹਾਸ ਚ ਤੇ ਉਹ ਭਾਈ ਨੰਦਰਾਜ ਜਿਹੜਾ ਸਤਗੁਰੂ ਦੇ ਹਜ਼ੂਰੀ ਕਵੀ ਆ ਉਹ ਕਹਿੰਦੇ ਆ ਸਤਗੁਰੂ ਦੇ ਇਸ ਬਚਨ ਦੇ ਨਾਲ ਜੁੜ ਕੇ ਕਿ ਚੁਗਲੀ ਕਰ ਜੋ ਕਾਜ ਬਗਾਰੇ ਤ੍ਰਿਗ ਤਿਸ ਜਨਮ ਜੋ ਧਰਮ ਬਸਾਰੇ ਉਹ ਜਿਹੜਾ ਕਹਿੰਦੇ ਚੁਗਲੀ ਕਰਕੇ ਭਾਈ ਨੰਦਲਾਲ ਜੀ ਦੇ ਬੋਲ ਨੇ ਕਿਤੇ ਸਤਗੁਰੂ ਦੀ ਦਿੱਤੀ ਹੋਈ ਸੇਧ ਦੇ ਵਿੱਚ ਬੋਲਣਾ ਔਰ ਉਸ ਗੁਰਸਿੱਖ ਦੇ ਬੋਲ ਨੇ ਬ੍ਰਹਮ ਗਿਆਨੀ ਗੁਰਸਿੱਖ ਦੇ ਬੋਲ ਨੇ ਜਿਹਦੇ ਲਿਖੇ ਹੋ ਬੋਲਾਂ ਦਾ ਕੀਰਤਨ ਕਰਨ ਦੀ ਆਗਿਆ ਹਰਿਮੰਦਰ ਸਾਹਿਬ ਦੇ ਵਿੱਚ ਤੇ ਬੋਲ ਕਹ ਰਹੇ ਨੇ ਚੁਗਲੀ ਕਰ ਜੋ ਕਾਜ ਵਿਗਾਾਰੇ ਤ੍ਰਿਗਤ ਇਸ ਜਨਮ ਜੋ ਧਰਮ ਵਿਸਾਰੇ ਕਹਿੰਦੇ ਜਿਨੇ ਚੁਗਲੀ ਕਰ ਦਿੱਤੀ ਉਹਨੇ ਧਰਮ ਵਿਸਾਰ ਦਿੱਤਾ ਤੇ ਜਿਨੇ ਧਰਮ ਵਿਸਾਰ ਦਿੱਤਾ ਤ੍ਰਿਗਤ ਇਸ ਜਨਮ ਉਹਦੇ ਜਨਮ ਦੀ ਤਰਹਾਰ ਹੈ ਉਹਦੇ ਜੰਮਣ ਦੀ ਤਰਹਾਰ ਹੈ ਉਦਾ ਜਨਮ ਤ੍ਰਿਗਾ ਤ੍ਰਕਾਰ ਆ ਉਹਦੇ ਜੰਮਣ ਦੇ ਉੱਤੇ ਵੀ ਬਾਬਾ ਭੀਲਾ ਜੀ ਆਖਦੇ ਹੁੰਦੇ ਸੀਗੇ ਇਹ ਉਹ ਸ਼ਬਦਾਂ ਦੀ ਨਾ ਅਰਥ ਸਮਝਾਉਂਦੇ ਸਮਝਾਉਂਦੇ ਜਿਹੜੇ ਸ਼ਬਦ ਕਿਤੇ ਗੁਰਬਾਣੀ ਚ ਆਏ ਨੇ ਜਾਂ ਸਾਡੇ ਰਹਿਤ ਨਮਾਇ ਚ ਆਏ ਨੇ ਉਹਨਾਂ ਦੇ ਅਰਥ ਸਮਝਾਉਂਦੇ ਨੇ ਡੰਗਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹੁੰਦੇ ਬਾਬਾ ਭੀਲਾ ਜੀ ਤੇ ਬਾਬਾ ਭੀਲਾ ਜੀ ਕਹਿੰਦੇ ਹੁੰਦੇ ਜੇ ਕਿਸੇ ਨੂੰ ਨਾ 100 ਵਾਰ ਫਿੱਟੇ ਮੂੰਹ ਆਖਣਾ ਹੋਵੇ ਤੇ ਸਾਡੇ ਜਿਹੜੀ ਪਿਰਤ ਆ ਉਹਦੇ ਜੀ ਕਹਿੰਦੇ ਵੀ ਇੱਕ ਵਾਰ ਉਹਨੂੰ ਲਾਹਨਤ ਬਾ ਦਿਓ ਉਹ ਕਹਿੰਦੇ ਲੱਖ ਲਾਹਣਤਾ ਤੈਨੂੰ ਤੇ ਸਮਝ ਲੋ 100 ਵਾਰੀ ਫਿਟੇ ਮੂ ਹੋ ਗਿਆ ਤੇ ਕਈ ਵਾਰੀ ਕਹਿੰਦੇ ਲੱਖ ਲਾਹਣ ਤੈਨੂੰ ਤੇ ਜੇ ਕਹਿੰਦੇ ਕਿਸੇ ਨੂੰ ਲੱਖ ਲਾਹਣਤਾ ਖਣਾ ਹੋਵੇ ਯਾਨੀ 100 ਵਾਰੀ ਜੇ ਫਿਟੇ ਮੂ ਖਣਾ ਹੋਵੇ ਤੇ ਫਿਰ ਇੱਕ ਵਾਰੀ ਲਾਹਣ ਦਬਾ ਦਿਓ ਤੇ ਕਈ ਵਾਰੀ ਬੰਦਾ ਕਹਿੰਦਾ ਲਾਹਣ ਦੇ ਤੇ ਵੀ ਗਾਂ ਦੀ ਗੱਲ ਕਹਿੰਦਾ ਕਿ ਤੈਨੂੰ ਲੱਖ ਲਾਹਣ ਤੈਨੂੰ ਆ ਸ਼ਬਦਾਂਮ ਤਰ ਤੇ ਪੰਜਾਬੀ ਦਾ ਸੁਣ ਲੈ ਲੱਖਾਂ ਲਾਹਣਤਾ ਤੈਨੂੰ ਤੇ ਬਾਬਾ ਭੇਲਾ ਜੀ ਕਹਿੰਦੇ ਜੇ ਕਿਸੇ ਨੂੰ ਲੱਖਾਂ ਹੀ ਲਾਣ ਤਾਂ ਆਖੜੀਆਂ ਹੋਣ ਲੱਖਾਂ ਲਾਣ ਤਾਂ ਆਖੜੀਆਂ ਹੋਣ ਤੇ 10 ਗੁਣਾ ਹੋਰ ਵਧਾ ਕੇ ਆਖਣੀਆਂ ਹੋਣ ਜਾਨੀ ਕਿ ਮਿਲੀਅਨ ਟਾਈਮ ਕਹਿਣਾ ਹੋਵੇ ਉਹਨੂੰ 10 ਲੱਖ ਵਾਰੀ ਕਹਿਣਾ ਹੋਵੇ ਤੇ ਫਿਰ ਇੱਕ ਵਾਰੀ ਤ੍ਰਿਘਾਰ ਸ਼ਬਦ ਵਰਤ ਲਾਣਾ ਚਾਹੀਦਾ ਤ੍ਰਿਗ ਵਰ ਸ਼ਬਦ ਵਰਤ ਲਾਣਾ ਚਾਹੀਦਾ ਤੇ ਭਾਈ ਨੰਦ ਲਾਲ ਜੀ ਕਹਿੰਦੇ ਤ੍ਰਿਗ ਤੇ ਅਸੀਂ ਜਨਮ ਜੋ ਧਰਮ ਬਸਾਰੇ ਭਾਈ ਨੰਦ ਲਾਲ ਨੇ ਤ੍ਰਿਗ ਕਿਹਾ ਆ ਫਿੜੇਮੂ 100 ਵਾਰੀ ਕਹਿਣਾ ਤੇ ਇੱਕ ਵਾਰੀ ਲਹਨਤ ਕਾਇਦੋ ਤੇ ਜੇ ਕਿਤੇ 10 ਲੱਖ ਜੇ ਕਿਤੇ ਲਹਨਤ ਜਿਹੜੀ ਆ ਕਿਸੇ ਨੂੰ ਲੱਖਾਂ ਲਹਨਤ ਪਾਉਣੀ ਆ ਹਾਂ ਤੇ ਉਦੋਂ ਵੀ ਗਾਂ ਦੀ ਲੱਖ ਲਹਨਤ ਕਾਦੇ ਲੱਖ ਲਹਨਤ ਤੋਂ ਵੀ ਦਸੂਣਾ ਕਰਨਾ ਹੋਵੇ ਯਾਨੀ 10 ਲੱਖ ਵਾਰੀ ਕਿਤੇ ਲਹਨਤ ਪਾਉਣੀ ਸਭ ਇਤਰੇ ਕਹਤਾ ਸੋ 10 ਲੱਖ ਵਾਰ ਲਹਨਤ ਪਾਉਣ ਵਾਲੀ ਗੱਲ ਹੈ ਉਹਦੇ ਜੰਮਣ ਦੇ ਉੱਤੇ ਜਿਹੜਾ ਚੁਗਲੀ ਕਰਦਾ ਹੈ ਭਾਈ ਨੰਦਰਾਜ ਜੀ ਦੇ ਸ਼ਬਦ ਨੇ ਮੇਰੇ ਸ਼ਬਦ ਨਹੀਂ ਸਤਿਗੁਰੂ ਦੇ ਹਜ਼ੂਰੀ ਕਵੀ ਦੇ ਸ਼ਬਦ ਨੇ ਚੁਗਲੀ ਕਰ ਜੋ ਕਾਜ ਵਿਗਾਾਰੇ ਤ੍ਰਿਗਤ ਇਸ ਜਨਮ ਜੋ ਧਰਮ ਵਿਸਾਰੇ ਇੰਨਾ ਸਖਤ ਕਹਿੰਦੀ ਲੋੜ ਕਿਉਂ ਪੈ ਗਈ ਕਿ ਸਿੱਖ ਸਮਝ ਜਾਵੇ ਤਾਂ ਸਹੀ ਕਿਸ ਤਰ੍ਹਾਂ ਸਮਝ ਜਾਵੇ ਸੀ ਕਿ ਚੁਗਲੀ ਦਾ ਸਵਾਦ ਬੜਾ ਹੁੰਦਾ ਔਰ ਕਈ ਵਾਰੀ ਤਾਂ ਮੂਰਖ ਆਪਣੀ ਜ਼ਿੰਦਗੀ ਸਾਰੀ ਚੂਣੀਆਂ ਕਰਦੇ ਗੁਜ਼ਾਰ ਦਿੰਦਾ ਔਰ ਚੁਗਲੀ ਜਿਹਨੇ ਕਰਨੀ ਹੁੰਦੀ ਨਾ ਕਰ ਜਾਂਦਾ ਕਈ ਤਾਂ ਤੁਹਾਡੇ ਸਾਹਮਣੇ ਬੈਠਾ ਬੈਠਾ ਵੀ ਕਰ ਜਾਂਦਾ ਆਪਣਾ ਪੰਜਾਬੀ ਦੇ ਬੜੇ ਲਤੀਫੇ ਸੁਣਿਆ ਕਿਤੇ ਕਿਸੇ ਬੱਚੇ ਦਾ ਸਾਖ ਨਹੀਂ ਹੁੰਦਾ ਤਾਈ ਹੋਣ ਨਹੀਂ ਸੀ ਦਿੰਦੀ ਗਵੰਦਨ ਤਾਈ ਸਾਗ ਹੋਣੀ ਨਹੀਂ ਸੀ ਦਿੰਦੀ ਜਦੋਂ ਕੋਈ ਆਉਂਦਾ ਸੀਗਾ ਪਹਿਲਾਂ ਹੀ ਘੇਰ ਕੇ ਕੋਈ ਨਾ ਕੋਈ ਐਦਾਂ ਦੀ ਗੱਲ ਕਹਿ ਦੇਣੀ ਸਾਗ ਲਾਉਣ ਵਾਲੇ ਮੁਰ ਜਾਂਦੀ ਤੇ ਪਰਿਵਾਰ ਨੇ ਬੜਾ ਖਿਆਲ ਰੱਖਿਆ ਜਿਦਕਿ ਤਾਈ ਦੇ ਮੱਥੇ ਨਹੀਂ ਲੱਗਣ ਦੇਣਾ ਹੋ ਗਿਆ ਸਾਗ ਹੋ ਗਿਆ ਜਦੋਂ ਫਿਰ ਉਹ ਸ਼ੁਹਾਰਾ ਪਾਉਣ ਆਏ ਸਾਗ ਦੀ ਪੱਕ ਤੱਕ ਹੋਣੀ ਹੁਣ ਤਾਂ ਤਾਈ ਸਦਰੀ ਪੈਣੀ ਆ ਨਾ ਤੇ ਤਾਈ ਆ ਗਈ ਫਿਰ ਉਦੋਂ ਉਹ ਸ਼ੁਹਾਰਾ ਪਾ ਕੇ ਛੇੜੇ ਤੇ ਤਾਈ ਨੇ ਹੁਣ ਸਗਣ ਪਾਉਣ ਤਾਈ ਸਗਣ ਪਾਉਣ ਉੱਠੀ ਰੁਪਈਏ ਕੱਢੇ 100 ਜੇਬ ਦੇ ਵਿੱਚੋਂ ਤੇ ਨਾਲੇ ਉਹਦੇ ਸਿਰ ਤੋਂ ਵਾਰ ਕੇ ਵਾਰਨਾ ਕਰਕੇ ਸਕਣ ਜੇਬ ਵਿਚ ਨਾਲ ਕਹਿੰਦੀ ਪੁੱਤ ਲੈ ਜਿੱਦਾਂ ਤੇਰੀ ਹੁਣ ਨਾ ਕੜਮਾਈ ਹੋ ਗਈ ਆ ਇਦਾਂ ਹੀ ਤੇਰੀ ਮਰਜ਼ੀ ਵੀ ਹਟ ਜਾਣੀ ਤੇ ਇਦਾਂ ਹੀ ਤੇਰੀ ਜਿਹੜੀ ਉਹ ਜੂਆ ਖੇਡਣ ਦੀ ਇਲਾਨ ਤੂੰ ਵੀ ਛੁੱਟ ਜਾਣੀ ਆ ਤੇ ਕਿਆ ਸੁਣਾਖੇ ਜਿਹੜੇ ਸੁਣਨ ਨਾਲ ਚੱਚਾ ਮੁੰਡਾ ਜੂਆ ਵੀ ਖੇਡਦਾ ਉਹਨਾਂ ਤਾਈ ਕੋਲ ਜਾਂਦੇ ਆਂਦੇ ਫੇਰ ਪੁੱਛ ਲੈ ਮੁੰਡਾ ਜੂਆ ਵੀ ਖੇਡਦਾ ਉਹ ਕਹਿੰਦੀ ਜੂਆ ਕਦੇ ਰੋਜ਼ ਥੋੜਾ ਖੇਡਦਾ ਆ ਜਦੋਂ ਕੋਈ ਸ਼ਰਾਬੀ ਕੁਆਬੀ ਹੋ ਜਾ ਉਹਦੋਂ ਖੇਡਦਾ ਕਹਿੰਦੀ ਸ਼ਰਾਬੀ ਕੁਆਬੀ ਹੁੰਦਾ ਨਹੀਂ ਕਹਿੰਦਾ ਸ਼ਰਾਬੀ ਕੁਆਬੀ ਕਿੱਥੇ ਜਦੋਂ ਕੋਈ ਚੋਰੀ ਦੇ ਪੈਸੇ ਹੱਥ ਆ ਜਾਣ ਤਦ ਉਹ ਸ਼ਰਾਬ ਪੀ ਲਿੰਦਾ ਸੋ ਰਸਤਾ ਤਰਾਖੀ ਹਦੀ ਮਿਰਗੀ ਦਾ ਦਰਵਾਜ਼ਾ ਵੀ ਦੱਸਦਾ ਸਾਹਮਣੇ ਸਾਹਮਣੇ ਨਾਲੇ ਕੋਈ ਲੁਕੋ ਵੀ ਨਹੀਂ ਰੱਖਿਆ ਚੰਗਾ ਉੱਤੋਂ ਚੰਗਾ ਬਣ ਕੇ ਚੰਗਾ ਕਹਿੰਦੇ ਗਿੰਦਾ ਮਾੜਾ ਕਹਿ ਦਿੱਤਾ ਐਦਾਂ ਦੇ ਲਤੀਫੇ ਆਪ ਨੂੰ ਬਹੁਤ ਸੁਣਨ ਨੂੰ ਮਿਲਦੇ ਆ ਸੋ ਸਿੱਖ ਨੇ ਜਾਣੇ ਅਣਜਾਣੇ ਚੁਗਲੀ ਨਹੀਂ ਕਰ ਨਿੰਦਾ ਵੀ ਨਿੰਦਾ ਬਾਰੇ ਵੀ ਬਚਨ ਸੀ ਸਤਿਗੁਰ ਦਾ ਗੁਰਬਾਣੀ ਦੇ ਅੰਦਰ ਵੀ ਬਚਨ ਹੈ ਕਿ ਕਿਸੇ ਦੀ ਨਿੰਦਾ ਭਲੀ ਨਹੀਂ ਮਨ ਮੁਖ ਮੁਖਤ ਕਰਦੇ ਆ ਮੂਰਖ ਕਰਦੇ ਆ ਮਨ ਮੁਖ ਕਰਦੇ ਕਿਸੇ ਦੀ ਨਿੰਦਾ ਨਿੰਦਾ ਭਲੀ ਕਿਸੇ ਕਿਨਾਂ ਨਹੀਂ ਗੁਰਬਾਣੀ ਅੰਦਰ ਇਹ ਵੀ ਆਖਿਆ ਕਿ ਨਿੰਦਾ ਬਾਕੀ ਸਾਰੀਆਂ ਦਵਾਈਆਂ ਹੈਗੀਆਂ ਆ ਹਰ ਦਵਾਈ ਦਾ ਹਰ ਬਿਮਾਰੀ ਦਾ ਇਲਾਜ ਹੈ ਜਿਹੜੀ ਮਾਨਸਿਕ ਬਿਮਾਰੀ ਹੈ ਹੋਮੇ ਦੀਦਗ ਰੋਗ ਹੈ दारू ਬੇਸ ਬਾਇ ਸਤਗੁਰ ਨੇ ਵੀ ਕਹਤਾ ਹੋਮੇ ਵੱਡਾ ਰੋਗ ਹੈ ਪਰ ਉਹਦਾ दारू ਹੈਗਾ ਪਰ ਅਵਖਦ ਸਭੇ ਕੀਤੇ ਨਿੰਦਕ ਦਾ ਦਾਰੂ ਨਾ ਇਹਦਾ ਨਿੰਦਕ ਦਾ ਨਹੀਂ ਤੇ ਨਿੰਦਾ ਵਰਗੀ ਗਾਲ ਹੀ ਚੁਗਲੀ ਆ ਸਤਿਗੁਰੂ ਨੇ ਐਵੇਂ ਧਰਾ ਕੇ ਨਹੀਂ ਗੱਲ ਕਹੀ ਇਹਦਾ ਵੀ ਚੁਗਲਖੋਰ ਦਾ ਵੀ ਫੇਲਾਜ ਨਹੀਂ ਹੈਗਾ ਚੁਲਗੁਰ ਤਾਂ ਉਹੀ ਆ ਫੇ ਧਰਮ ਛੱਡ ਦਿੰਦਾ ਆ ਧਰਮ ਬਸਾਰ ਦਿੰਦਾ ਆ ਤੇ ਉਹਦਾ ਇਲਾਜ ਤਾਂ ਉਹੀ ਆ ਜਿਹੜੇ ਭਾਈ ਦਾਤ ਲਾਲ ਜੀ ਨੇ ਆਖਿਆ ਤ੍ਰਿਗ ਤਿਸ ਜਨਮ ਜੋ ਧਰਮ ਬਸਾਰੇ ਚੁਗਲੀ ਕਰ ਜੋ ਕਾਜ ਵਿਗਾਾਰੇ ਤ੍ਰਿਗ ਤਿਸ ਜਨਮ ਜੋ ਧਰਮ ਬਸਾਰੇ ਸੋ ਨਿੰਦਾ ਨਹੀਂ ਕਰਨੀ ਵੈਰ ਨਹੀਂ ਕਰਨਾ ਇਸ ਗੱਲ ਨੂੰ ਇੱਕ ਹੋਰ ਅੰਦਾਜ਼ ਤੋਂ ਸਮਝਣ ਦੀ ਕੋਸ਼ਿਸ਼ ਕਰੀਏ ਸਤਗੁਰੂ ਨੇ ਆਪਣੇ ਸਿੱਖ ਨੂੰ ਨਿਰਭਉ ਵੀ ਬਣਾਇਆ ਤੇ ਨਿਰਵੈਰ ਵੀ ਬਣਾਇਆ ਔਰ ਸਾਡੇ ਮੂਲ ਮੰਤਰ ਦੇ ਵਿੱਚ ਇਹ ਦੋਨੇ ਸ਼ਬਦ ਆਉਂਦੇ ਆ ਪ੍ਰਮਾਤਮਾ ਦੇ ਗੁਣ ਦੱਸਦਿਆਂ ਹਾਂ ਕਿ ਪ੍ਰਮਾਤਮਾ ਇੱਕ ਏਕ ਓੰਕਾਰ ਆ ਉਹਦਾ ਨਾਮ ਸੱਚਾ ਆ ਸਤਨਾਮ ਆ ਓੰਕਾਰ ਸਤਨਾਮ ਕਰਤਾ ਪੁਰਖ ਵੀ ਆ ਸੰਸਾਰ ਦੀ ਸਿਰਜਣਾ ਵੀ ਕੀਤੀ ਇਹਦੇ ਵਿੱਚ ਨਾ ਕਰਤਾ ਪੁਰਖ ਨਿਰਭਉ ਵੀ ਆ ਨਿਰਵੈਰ ਵੀ ਆ ਉਹ ਨਿਰਪਾਵ ਵੀ ਆ ਨਿਰਵੈਰ ਵੀ ਆ ਸੋ ਸਿੱਖ ਨੇ ਜੇ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਲੈਣੀਆਂ ਉਹਨੂੰ ਨਿਰਪਾਵ ਵੀ ਬੰਨਾ ਪਣਾ ਨਿਰਵੈਰ ਵੀ ਬੰਨਾ ਪੜਾ ਤੇ ਜਿਹੜਾ ਹੋਏਗਾ ਨਿਰਵੈਰ ਜਿਹੜਾ ਸਾਰੇ ਸਾਰੇ ਸਮਝੇਗਾ ਪ੍ਰਮਾਤਮਾ ਨੂੰ ਫਿਰ ਕਿਹਦਾ ਕਿਸੇ ਚੁਗਲੀ ਕਰੇਗਾ ਕਿਉਂਕਿ ਚੁਗਲੀ ਤਾਂ ਉਹ ਵੀ ਦੀ ਬੈਰ ਭਾਵ ਚੋਂ ਕਿਸੇ ਦਾ ਨੁਕਸਾਨ ਕਰ ਲਈ ਉਹ ਕਿਸੇ ਦਾ ਕਿੱਦਾਂ ਕਿਸੇ ਦਾ ਨੁਕਸਾਨ ਕਰੇਗਾ ਸਤਗੁਰੂ ਇਹ ਵੀ ਗੱਲ ਕਿਸੇ ਦਾ ਕੰਮ ਵਗਾੜਨ ਲਈ ਕਰਨੀ ਹੈ ਜ਼ੈਰ ਭਾਵੂਗਾ ਤਾਂ ਹੀ ਕੰਮ ਵਗਾੜੇਗਾ ਤੇ ਜਿਹਦੇ ਕੋਲ ਵੈਰ ਭਾਵ ਹੈ ਨਰਵੈਰ ਨਹੀਂ ਹੋ ਸਕਦਾ। ਔਰ ਜਿਹਦਾ ਜਿਹਦੇ ਕੋਲ ਜਿਹਦੇ ਕੋਲ ਵੈਰ ਭਾਵ ਹੈ ਉਹ ਸਾਰਿਆਂ ਦੇ ਵਿੱਚ ਪ੍ਰਮਾਤਮਾ ਨੂੰ ਵਿਚਰਦਾ ਨਹੀਂ ਦੇਖ ਸਕਦਾ। ਤੇ ਪ੍ਰਮਾਤਮਾ ਤਾਂ ਸਾਰੇ ਜੀ ਵਿਚਰਦਾ ਹੈ ਨਾ। ਗੁਰਬਾਣੀ ਦਾ ਸਿਧਾਂਤ ਇਹ ਹੈ। ਗਾਜਾ ਕੀ ਗੱਲ ਆਵੇਗੀ ਵੀ ਸਤਗੁਰੂ ਦੇ ਬਚਨਾਂ ਚ ਵੀ ਇਹ ਗੱਲ ਆਵੇਗੀ। ਸੋ ਜਦੋਂ ਸਿੱਖ ਨਰਵੈਰ ਨਹੀਂ ਰਹਿੰਦਾ ਤੇ ਸੱਚ ਕਰਕੇ ਜਾਣੇ ਹੋ ਜਿਹਦਾ ਕਿਤੇ ਵੈਰ ਹੈ ਵੈਰ ਭਾਵ ਹੈ ਜਿਹੜਾ ਚੁਗਲਖੋਰ ਹੈ ਨਿੰਦਾਜ ਨੇ ਵੈਰ ਭਾਵ ਰੱਖਿਆ ਹੋਇਆ ਆ ਉਹ ਕਦੀ ਨਿਰਪਹਾੜੀ ਹੋ ਸਕਦਾ ਉਹ ਡਰ ਚ ਰਹਿਂਦਾ ਸਹਿਮ ਚ ਰਹਿੰਦਾ ਹਮੇਸ਼ਾ ਦਹਿਸ਼ਤ ਦੇ ਵਿੱਚ ਰਹਿੰਦਾ ਕਿ ਉਹਨੂੰ ਤਾਂ ਸਦਾ ਹੀ ਲੱਗਿਆ ਰਹਿੰਦਾ ਅੰਦਰੋਂ ਕਿ ਮੇਰੀ ਚੁਗਲੀ ਫਲਾਣ ਤੋਂ ਫੜੀ ਗਈ ਮੇਰੀ ਫਲਾਣੀ ਤੋਂ ਫੜੀ ਗਈ ਮੇਰੀ ਫਲਾਣ ਤੋਂ ਫੜੀ ਗਈ ਮੈਂ ਫਲਾਣੀ ਤੋਂ ਗੱਲ ਕੀਤੀ ਉਹ ਫੜੀ ਗਈ ਨਿਰਪਹਾੜ ਰਹਿਣਾ ਨਹੀਂ ਉਹਨੇ ਸੋ ਸਿੱਖ ਨੇ ਜੇ ਨਿਰਵੈਰ ਨਿਰਪਹਾੜ ਰਹਿਣਾ ਨੂੰ ਨਿਰਵੈਰ ਰਹਿਣਾ ਪਵੇਗਾ ਤੇ ਜਦ ਨਿਰਵੈਰ ਹੋਵੇਗਾ ਕਦੀ ਕਿਸੇ ਚੁਗਲੀ ਨਹੀਂ ਕਰੇਗਾ। ਇਸ ਸਿਗਰ ਕੇ ਸਤਗੁਰੂ ਨੇ ਵਚਨ ਦੁਹਰਾ ਕੇ ਕੀਤਾ। ਭਾਈ ਤੇਰੇ ਨਿਰਵੈਰ ਰਹਿਣ ਦਾ ਤਰੀਕਾ ਹੀ ਇਹ ਹੈ। ਤੇਰੇ ਨਿਰਪਾਹਰਾਂ ਦਾ ਤਰੀਕਾ ਹੀ ਇਹ ਹੈ ਕਿ ਸਿੱਖ ਨੇ ਚੁਗਲੀ ਕਰਕੇ ਕਿਸ ਦਾ ਕਾਰਜ ਦੀ ਵਿਗਾੜਨਾ। ਜਿਹਦਾ ਤੁਸੀਂ ਕਾਰਜ ਵਿਗਾੜੂਗਾ ਤੁਹਾਡੇ ਕਾਰਜ ਵਿਗਾੜੇਗਾ ਫਿਰ। ਤੇ ਫਿਰ ਜਦੋਂ ਕਾਰਜ ਵਿਗਾੜ ਤੁਹਾਨੂੰ ਪਤਾ ਹੈ ਫਲਾਣੇ ਫਲਾਣੇ ਬੰਦਾ ਤੁਸੀਂ ਕਾਰਜ ਵਿਗਾੜਾ ਤੁਹਾਡੇ ਵਿਗਾੜੇਗਾ ਤੁਸੀਂ ਨਿਰਪੋਕਿਤਾ ਰਹ ਸਕਦੇ ਆ ਕਿਉਂਕਿ ਤੁਸੀਂ ਨਿਰਵੈਰ ਨਹੀਂ ਤੁਹਾਡੇ ਅੰਦਰ ਵੈਰ ਭਾਵ ਹੈ ਇਸ ਕਰਕੇ ਤੁਹਾਨੂੰ ਸਾਰੇ ਵੈਰੀ ਹੀ ਨਜ਼ਰ ਆਉਣੇ ਨੇ ਤੁਸੀਂ ਲੋਕਾਂ ਦੇ ਕਾਰਜ ਵਿਗਾੜੇ ਹੋਏ ਨੇ ਤੁਹਾਨੂੰ ਸਾਰੇ ਲੋਕੀ ਆਪਣਾ ਕਾਰਜ ਵਿਗਾੜਨ ਵਾਲੇ ਹੀ ਨਜ਼ਰ ਆਉਣੇ ਨੇ ਬਹੁਤੇ ਸ਼ੱਕੀ ਕਿਸਮ ਦੇ ਜਿਹੜੇ ਇਨਸਾਨ ਹੁੰਦੇ ਨਾ ਉਹਨਾਂ ਦੀ ਬਿਰਤੀਆਂ ਕੋਈ ਚੰਗੀਆਂ ਨਹੀਂ ਹੁੰਦੀਆਂ ਹਰ ਗੱਲ ਤੇ ਸ਼ੱਕ ਕਰੀਆ ਹਰ ਗੱਲ ਨੂੰ ਨੈਟਿਵ ਪੱਖੀ ਦੇਖੀ ਜਾਣਾ ਹਰ ਜਿਓ ਆਗੋਂ ਦੇਖੀ ਜਾਣੇ ਇਹਦਾ ਮਤਲਬ ਆਪ ਅਧਰੋਗ ਨਾ ਪਰੇ ਹੁੰਦੇ ਆ ਚੰਗਾ ਨੂੰ ਹਰ ਕੋ ਚੰਗਾ ਹੀ ਦਿਸਦਾ ਸੋ ਜੀ ਚੰਗਾ ਦੇਖਣਾ ਹੈ ਸੋਹਣਾ ਦੇਖਣਾ ਹੈ ਖੂਬਸੂਰਤ ਦੇਖਣਾ ਹੈ ਤਾਂ ਵੈਰ ਭਾਵ ਚੋਂ ਕੱਢਣਾ ਪਵੇਗਾ ਤੇ ਵਰਭਾ ਕੱਢਣ ਦਾ ਇੱਕੋ ਇੱਕ ਤਿਕਾ ਕਿਸੇ ਦੀ ਨਿੰਦਾ ਕਰਨੀ ਨਹੀਂ ਕਿਸੇ ਦੀ ਨਿੰਦਾ ਸੁਣਨੀ ਨਹੀਂ ਕਿਸੇ ਦੀ ਚੁਗਲੀ ਕਰਨੀ ਨਹੀਂ ਕਿਸੇ ਦੀ ਚੁਗਲੀ ਸੁਣਨੀ ਨਹੀਂ ਔਰ ਕਹੇ ਦਾ ਚੁਗਲੀ ਕਰਕੇ ਕਾਰਜ ਵਿਗਾੜਨਾ ਨਹੀਂ ਸਤਿਗੁਰ ਨੇ ਸਿੱਖ ਨੂੰ ਨਿਰਭਾਵ ਬਣਾਉਣ ਦੇ ਲਈ ਨਰਵੈਰ ਬਣਾਉਣ ਦੇ ਲਈ ਜੀਵਨ ਮੁਕਤ ਬਣਾਉਣ ਦੇ ਲਈ ਔਰ ਉਹਨੂੰ ਸਰਵੋਤਮ ਮਨੁੱਖ ਬਣਾਉਣ ਦੇ ਲਈ ਬਚਨ ਕੀਤਾ ਗਲਗੀਤਰ ਪਾਸ਼ਾ ਨੇ 40ਵਾਂ ਬਚਨ ਹੈ ਕਿ ਸਿੱਖ ਨੇ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਜੀ ਸੁਰਤੀ ਅਮਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ